बिस्मिल्लाहिर्रहमानिर्रहीम, अस्सलाम वालेकुम दोस्तों। तुसी वेख रहे हो एतमाद टीवी ते मैं तुहाडा दोस्त मंजूर अहमद। दोस्तों तुहाडे वास्ते अज जानवर नहीं बल्कि एक मशीनरी लैके हाजिर हो। कुछ दोस्तों की डिमांड सी कि सानू कुछ होर भी दिखाओ जानवरों तो इलावा। साडी फील्ड तो जानवरों की है लेकिन मतलब असी चलो दोस्तों वास्ते एक शौकीन ही है हजरात वास्ते, वैसे जरूरतमंद वास्ते भी एक ट्रैक्टर लैके आए अलगाजी ट्रैक्टर है। बाकी डिटेल भी नाल नाल इंशाल्लाह देने हैं, डिटेल भाई आसफ भी नाल देंगे क्योंकि वो इस बारे ज़्यादा उन्होंने नॉलेज है। बाकी दिखाओ भाई नवाज नाम जी इन्हों का। बाकी गाव मजा की वीडियो तो दोस्तों को पता ही है, वो जानते हैं इन्हों 613 पिंड शदमान का चक तहसील तांदलिया वाला जिला फैसलाबाद। नंबर इन्हों का 0344-7029-729। नंबर है जी तो फैसलाबाद इलाके दे विच ट्रैक्टर खड़ा है। अगर किसी भाई नू ट्रैक्टर या एहो जी कोई भी मशीनरी चाहिए होवे इंशाल्लाह जो भी तुहाडी डिमांड होवे कमेंट करो या के साडा नंबर उपर लगा हुंदा सानू दसो जो तुहाडी डिमांड होवेगी इंशाल्लाह। जानवर असी गावां मझां भी दिखा रहे हैं कुरबानी ईद उल अज़हा वास्ते, तुहानू इंशाल्लाह बछड़े बकरे सब कुछ दिखावांगे लेकिन अज लैके आए ट्रैक्टर। ट्रैक्टर के नाल नाल भैया सब डिटेल भी पुछदे जाओ ਨਾਲ ਇਹਨਾਂ ਦੇ ਕੋਲੋਂ ਜਿਹੜਾ ਨਾ। ਅੱਛਾ ਭਾਈ ਨਵਾਜ਼, ਇਹ ਕਿਹੜਾ ਮਾਡਲ ਹੈ ਪਹਿਲੇ ਨੰਬਰ ਤੇ? ਤੁਸੀਂ ਇਹ ਦੱਸੋ ਨਾ। 7 ਮਾਡਲ ਹੈ। ਠੀਕ ਹੋ ਗਿਆ। ਇਹ ਦੋਸਤੋ 7 ਮਾਡਲ ਅਲ ਗਾਜ਼ੀ ਟਰੈਕਟਰ ਹੈ। ਅੱਛਾ ਭਾਈ ਨਵਾਜ਼, ਪਹਿਲੇ ਦੱਸੋ ਇਹਦਾ ਇੰਜਨ ਪਹਿਲਾ ਹੀ ਹੈ? ਪਹਿਲਾ ਜੀ, ਕੋਈ ਚਾਬੀ ਨਹੀਂ ਪਈ ਹੋਈ ਜੀ। ਅੱਛਾ, ਚਾਬੀ ਨਹੀਂ ਪਾਈ, ਕੋਈ ਕੋਈ ਕ੍ਰੈਂਕ ਦਾ ਮਸਲਾ ਮਸਾਇਲ ਕੋਈ ਕੋਈ ਲੀਕਿੰਗ ਬੈਕ? ਬਾਕੀ ਦੋਸਤੋ ਤੁਹਾਨੂੰ ਇਹ ਇੰਜਨ ਵਾਜ਼ਿਆ ਤੌਰ ਤੇ ਇੱਕ ਇੱਕ ਚੀਜ਼ ਵਿਖਾਣੇ ਹੈ, ਕੋਈ ਲੀਕਿੰਗ ਨਹੀਂ, ਕੋਈ ਕੁਛ ਨਹੀਂ ਹੈ। ਆ ਵੇਖੋ ਨਾ, ਬਿਲਕੁਲ ਸੁੱਕਾ ਅਤੇ ਖੁਸ਼ਕ ਟਰੈਕਟਰ ਹੈ ਅਲ ਗਾਜ਼ੀ 7 ਮਾਡਲ 2007 ਮਾਡਲ। ਅੱਛਾ ਬਾਕੀ ਭਾਈ ਦੋਸਤੋ, ਇਹ ਤੁਹਾਨੂੰ ਜ਼ਰੂਰ ਅਸੀਂ ਦੱਸ ਲਈ ਜਿਹੜਾ ਇਹਦੇ ਟਾਇਰ ਹਨ ਜੀ, ਤਕਰੀਬਨ 6 ਤੋਂ 7 ਆਨੇ ਟਾਇਰ। ਅਗਰ ਕਿਸੇ ਦੋਸਤ ਜਿਹੜੇ ਜਾਣਦੇ ਹਨ ਉਹਨਾਂ ਨੂੰ ਤਾਂ ਪਤਾ ਹੁੰਦਾ ਸਾਰਾ। ਓਰੀਜਨਲ ਪਹਿਲੇ ਟਾਇਰ ਹੈ? ਹਾਂਜੀ ਪਹਿਲੇ। ਅੱਛਾ ਓਰੀਜਨਲ ਪਹਿਲੇ ਟਾਇਰ ਹਨ ਇਹਦੇ। ਬਾਕੀ ਅੱਛਾ ਕੋਈ ਸਮਾਨ ਹੋਕ ਵਗੈਰਾ ਤਾਂ ਨਹੀਂ ਨਾ ਲੱਗੀ ਹੋਈ ਪਿੱਛੇ? ਅੱਛਾ ਹੋਕ ਲੱਗੀ ਹੋਈ ਹੈ ਦੋਸਤੋ, ਹੋਕ ਵੀ ਹੋਏਗੀ। ਬਾਕੀ ਇਹ ਦੇਖ ਲਓ ਕੰਡੀਸ਼ਨ ਸ਼ੋ ਤੁਹਾਡੇ ਸਾਹਮਣੇ ਹੈ। ਅਤੇ ਬਾਕੀ ਕਈ ਦੋਸਤ ਇਹ ਦੋਸਤ ਪੁੱਛਦੇ ਨੇ ਕਿ ਇਹਦਾ ਨੰਬਰ ਜਿਹੜਾ ਨਾ, ਇਹ ਨੰਬਰ ਜੀ ਓਪਨ ਕਾਗਜ਼ਾਂ 'ਚ ਹੈ ਜੀ। ਓਪਨ ਲੈਟਰ? ਹਾਂਜੀ ਓਪਨ ਲੈਟਰ ਹੈ। ਅਗਰ ਨੰਬਰ ਜੇ ਕਿਸੇ ਦੋਸਤ ਨੇ ਵੀ ਖਰੀਦਣਾ ਹੈ ਨਾ, ਉਹ ਨੰਬਰ ਆਪਣਾ ਜ਼ਾਤੀ ਲਵਾ ਸਕਦਾ ਕਿਉਂਕਿ ਇਹਦਾ ਨੰਬਰ ਵਾਲੀ ਇਸ਼ੂ ਨਹੀਂ ਹੋਇਆ। ਓਪਨ ਕਾਗਜ਼ਾਂ 'ਚ ਹੈ। ਇੱਕ ਇੱਕ ਬਾਈ ਪੁਰਜ਼ਾ ਵਿਖਾਓ। ਨਹੀਂ ਤਾਂ ਪੁਰਜ਼ਾ ਕੀ ਦੇਖਣਾ ਵੀ ਹੁੰਦਾ, ਵੀ ਲੀਕਿੰਗ ਵਗੈਰਾ ਕੋਈ? ਨਹੀਂ ਨਹੀਂ ਬਾਈ ਜਾਨ, ਕੋਈ ਕਿਸੇ ਕਿਸਮ ਦਾ ਚਾਬੀ ਨਹੀਂ ਤੁਹਾਨੂੰ ਦੱਸਿਆ, ਪੁਰਜ਼ੇ ਨੂੰ ਕਿਸੇ ਨੂੰ ਪਈ ਨਹੀਂ ਚਾਬੀ। ਟੱਪ ਖੋਲੇ ਸਲਫ ਹੈ ਨਾ? ਸਲਫ ਸਟਾਰਟ ਹੈ ਜੀ। ਅੱਛਾ ਬੈਟਰੀ ਹੈ ਦੋਸਤੋ? ਉਂਝ ਵੀ ਜੀ ਪ੍ਰੈਸ਼ਰ ਹੈ ਗਿਆ। ਹਾਂ ਗਾਜ਼ੀ ਨੂੰ ਸਾਰਿਆਂ ਨੂੰ ਪ੍ਰੈਸ਼ਰ ਹੀ ਹੁੰਦੇ ਨੇ ਬਈ ਨਵਾਜ਼, ਗਾਜ਼ੀ ਜਿਹੜੇ ਵੀ ਹਨ ਨਾ ਉਹ ਪ੍ਰੈਸ਼ਰ ਵਿੱਚ ਹੀ ਹੈ। ਲਾ ਦਿਓ, ਠੀਕ ਹੈ, ਬਸ ਇਹ ਚੀਜ਼ ਵਿਖਾਉਣੀ ਹੈ। ਬਾਇਦਾ ਆ ਗਿਆ ਬਿਲਕੁਲ ਸ਼ੋ, 607 ਮਾਡਲ ਦੀ ਮਾਸ਼ਾਅੱਲਾ। ਅਤੇ ਬਾਕੀ ਅੱਗੇ ਦੋਸਤੋ ਤੁਹਾਡੀ ਪਸੰਦ ਨਾਲ ਇੱਕ ਅਕਸਰ ਦੋਸਤਾਂ ਦੀ ਸਾਨੂੰ ਡਿਮਾਂਡ ਹੈ ਯਾਰ ਕਿ ਕੋਈ ਇਸ ਤਰ੍ਹਾਂ ਦੀ ਚੀਜ਼ ਹੋਵੇ ਨਾ, ਕਈ ਦੋਸਤ ਪੁੱਛਦੇ ਹਨ। ਚਲੋ ਮੌਕਾ ਵੀ ਬਣ ਗਿਆ, ਨਾਲੇ ਦੋਸਤਾਂ ਦਾ ਸ਼ੌਕ ਵੀ ਪੂਰਾ ਹੋ ਜਾ ਸੀ ਇਹਦੇ ਨਾਲ ਹੀ।
مار کا سلف سلف تھوڑا جا سلام مارو مار جکو نہیں چلا ਫਾਈਨਲ ਜਿਹੜੀ ਲਾ ਲੈਣੀ ਹੈ 580 ਲਾ ਲੈਣਾ ਜੀ 5 ਲੱਖ ਤੇ 80 ਹਜ਼ਾਰ ਰੁਪਇਆ ਹਾਂਜੀ ਇਹ ਦੋਸਤੋ ਇਹਨਾਂ ਦੀ ਡਿਮਾਂਡ ਜੇ ਬਾਕੀ ਨੰਬਰ ਅੱਛਾ ਇਹਦੇ ਵਿੱਚ ਬਾਈ ਨਵਾਜ਼ ਥੋੜਾ ਜਿਹਾ ਸਮਾਨ ਦੇ ਕਲੀਅਰ ਕਰ ਹੋਕ ਸਿਰਫ ਹੈ ਹੋਰ ਕੋਈ ਚੀਜ਼ ਬਸ ਹੋਕ ਹੀ ਹੈ ਹੋਕ ਨਾਲ ਹੈ ਜੀ ਬਾਕੀ ਹੋਰ ਟਰਾਲੀ ਪਾਉਣ ਵਾਸਤੇ ਹੋਰ ਕੋਈ ਸਮਾਨ ਕੋਈ ਦੋਸਤ ਹੁੰਦਾ ਨਾ ਵੀ ਨਹੀਂ ਹੈ ਬਾਕੀ 5 ਲੱਖ ਤੇ 80 ਹਜ਼ਾਰ ਰੁਪਏ ਇਹਦੇ ਵਿੱਚ ਕੀ ਕੋ ਕਮੀ ਵੇਸ਼ੀ ਹੈ ਕੋ ਪਿਆਰ ਮੱਬਤ ਕੋ 2-4 ਹਜ਼ਾਰ ਦੀ ਹੋ ਜਾਏਗੀ ਜੀ ਚਲੋ ਦੋਸਤੋ ਅਗਰ ਨੰਬਰ ਤਾਂ ਲੱਗਾ ਹੋਇਆ ਇਹਨਾਂ ਦਾ ਜਿਹੜੇ ਦੋਸਤ ਨੂੰ ਕੋਈ ਪਸੰਦ ਹੈ ਜਾਂ ਕੋਈ ਸ਼ੌਕ ਰੱਖਦਾ ਅਗਲੀ ਵੀਡੀਓ ਤੱਕ ਦੇ ਇਜਾਜ਼ਤ ਨਾਲ ਅਨਾਊਂਸਮੈਂਟ ਇਹ ਹੈ ਕਿ ਅਸੀਂ ਜਾਨਵਰਾਂ ਦੀ ਵੀ ਵੀਡੀਓ ਬਣਾਉਂਦੇ ਹਾਂ ਇਨਸ਼ਾਅੱਲਾ ਜੋ ਵੀ